ਲੁਧਿਆਣਾ ਦੇ ਪਾਮੀਆ ਰੋਡ ਸਥਿਤ ਸ਼ਨੀ ਮੰਦਰ ਵਿਖੇ ਮੰਦਰ ਸੰਚਾਲਕ ਸਵਾਮੀ ਸ਼੍ਰੀ ਸੁਰੇਸ਼ ਦੁਆ ਜੀ ਦੀ ਅਗਵਾਈ ਵਿੱਚ ਸ਼ਨੀ ਅਮਾਵਸ ਮਨਾਈ ਗਈ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਆਏ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਸੁਰੇਸ਼ ਦੁਆ ਜੀ ਨੇ ਦੱਸਿਆ ਕਿ ਗ੍ਰਹਿਆਂ ਦਾ ਸਾਡੇ ਜੀਵਨ 'ਤੇ ਚੰਗਾ ਅਤੇ ਬੁਰਾ ਪ੍ਰਭਾਵ ਪੈਂਦਾ ਹੈ, ਜਿਸ ਸੰਬੰਧੀ ਸ਼ਨੀ ਦੇਵ ਦੀ ਪੂਜਾ ਆਰਾਧਨਾ ਕਰਨ ਨਾਲ ਜਿੱਥੇ ਸਮਸਤ ਦੁੱਖਾਂ ਤੋਂ ਛੁਟਕਾਰਾ ਮਿਲਦਾ ਹੈ ਉੱਥੇ ਸੁੱਖਾਂ ਦੀ ਪ੍ਰਾਪਤੀ ਵੀ ਹੁੰਦੀ ਹੈ। ਇਸ ਮੌਕੇ ਆਏ ਭਗਤ ਸ਼ਰਧਾਲੂਆਂ ਨੇ ਵੀ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਮੰਦਿਰ ਵਿੱਚ ਆ ਕੇ ਪੂਜਾ ਅਰਚਨਾ ਕਰ ਰਹੇ ਹਨ ਅਤੇ ਪ੍ਰਭੂ ਸੁਦੇਸ਼ ਦੁਆ ਜੀ ਦੇ ਦੁਆਰਾ ਦੱਸੇ ਮੰਤਰਾਂ ਵੱਲੋਂ ਬਹੁਤ ਲਾਭ ਮਿਲਿਆ ਹੈ। ਸ਼ਨੀ ਦੇਵ ਸਥਾਨ ਭਾਮੀਆ ਤਾਜਪੁਰ ਰੋਡ ਨਜ਼ਦੀਕ ਚੁੰਗੀ ਅੱਜ 17 ਮਾਰਚ ਸ਼ਨੀ ਅਮਾਵਸਿਆ ਕੇ ਦਿਨ ਮੰਦਿਰ ਦੀ ਤਰਫ ਸੇ ਵਿਸ਼ੇਸ਼ ਪੂਜਨ ਹਵਨ ਯੱਗ ਕੇ ਦੁਆਰਾ ਭਗਤੋਂ ਪਰ ਜਿਤਨੀ ਵੀ ਢਈਆ ਸਾਠ ਸਤੀ ਮਹਾਦਸ਼ਾ ਪਿਤਰਦੋਸ਼ ਕਾਲਸਰਪ ਦੋਸ਼ ਜੈਸੀ ਜਿਤਨੀ ਵੀ ਪੁਰਾਣੇ ਦੋਸ਼ ਹੈ ਉਨ ਸਮਸਤ ਦੋਸ਼ੋ ਕੋ ਪੂਜਨ ਕੇ ਦੁਆਰਾ ਬਿਲਕੁਲ ਮੁਫਤ ਕਾਟਾ ਗਿਆ ਔਰ ਜਿਤਨੀ ਹਵਨ ਸਮੱਗਰੀ ਥੀ ਭਗਤੋਂ ਮੇਂ ਮੁਫਤ ਵਿਤਰਿਤ ਕਰੀ ਗਈ। ਇਸਕੇ ਇਲਾਵਾ ਜਿਤਨੀ ਵੀ ਪਰੇਸ਼ਾਨੀਆਂ ਅੱਜ ਸੁਬਹ 5:30 ਸੇ ਲੇਕਰ ਰਾਤ 12 ਵਜੇ ਤੱਕ ਸਮਸਤ ਪਰੇਸ਼ਾਨੀਓ ਕਾ ਇਲਾਜ ਮੁਫਤ ਕੀਆ ਜਾ ਰਹਾ ਹੈ ਸ਼ਨੀ ਦੇਵ ਸਥਾਨ ਭਾਮੀਆ ਮੇਂ। ਇਸਕੇ ਇਲਾਵਾ ਬੱਚੋ ਕੇ ਲਈ ਵਿਸ਼ੇਸ਼ ਉਪਹਾਰ ਔਰ ਕਾਲੇ ਘੋੜੇ ਕੀ ਨਾਲ ਜੋ ਕਿ ਹਮਨੇ ਉਪਹਾਰ ਕੇ ਰੂਪ ਮੇਂ 11 ਕਾਲੇ ਘੋੜੇ ਕੀ ਨਾਲੇ ਔਰ ਉਸਕੇ ਬਾਅਦ ਕਾਲੇ ਘੋੜੇ ਕੀ ਨਾਲ ਕੇ ਛੱਲੇ 108 ਜੋ ਕਿ ਅੱਜ ਭਗਤੋਂ ਮੇਂ ਫ੍ਰੀ ਵਿਤਰਿਤ ਕੀਏ। ਇਸਕੇ ਇਲਾਵਾ ਸ਼ਨੀ ਦੇਵ ਸਥਾਨ ਭਾਮੀਆ ਮੇਂ ਬਹੁਤ ਲੰਬੇ ਚੌੜੇ ਲੰਗਰ ਕੀ ਵਿਵਸਥਾ ਕੀ ਗਈ ਔਰ ਉਸਕੇ ਬਾਅਦ ਜਿਤਨੀ ਵੀ ਪਰੇਸ਼ਾਨੀਆਂ ਹੈ ਸ਼ਨੀ ਦੇਵ ਸਥਾਨ ਭਾਮੀਆ ਮੇਂ ਸਮਸਤ ਦੋਸ਼ੋ ਕੋ ਕਾਟ ਕਰ ਲੋਗੋ ਦੁਆਰਾ ਆਜ ਸਮਸਤ ਸੁੱਖੋ ਕੇ ਭੋਗ ਕੋ ਉਨਕੀ ਝੋਲੀ ਸੇ ਭਰੀ ਗਿਆ ਔਰ ਅੱਜ ਕੇ ਬਾਅਦ ਜਿਤਨੀ ਵੀ ਪਰੇਸ਼ਾਨੀਆਂ ਹੈ ਸ਼ਨੀ ਦੇਵ ਸਥਾਨ ਭਾਮੀਆ ਮੇਂ ਇਸੀ ਤਰ੍ਹਾਂ ਪ੍ਰਤੇਕ ਆਉਣ ਵਾਲੀ ਸ਼ਨੀਚਰੀ ਮੱਸਿਆ ਕੇ ਦਿਨ ਹਵਨ ਯੱਗ ਮੁਫਤ ਦਿਆ ਜਾਏਗਾ, ਸਮੱਗਰੀ ਮੁਫਤ ਦੀ ਜਾਏਗੀ ਔਰ ਕੋਈ ਵੀ ਦਕਸ਼ਿਣਾ ਨਹੀਂ ਹੋਗੀ। ਸਮਾਜ ਮੇਂ ਜਿਤਨੇ ਵੀ ਲੋਕ ਜਿਤਨੇ ਵੀ ਦੁੱਖ ਹੈ ਜਿਤਨੀ ਵੀ ਪਰੇਸ਼ਾਨੀਆਂ ਹੈ ਸ਼ਨੀ ਦੇਵ ਸਥਾਨ ਭਾਮੀਆ ਮੇਂ ਪਧਾਰੇ ਔਰ ਆਪਣੇ ਸਮਸਤ ਸੁੱਖੋ ਕੇ ਭੋਗ ਯਹਾਂ ਸੇ ਸਵਕ੍ਰਿਤੀ ਲੈ ਜਾਤੇ ਹੋਏ ਸਮਸਤ ਦੁੱਖੋ ਕੋ ਯਹਾਂ ਛੋੜ ਕਰ ਜਾਏ। ਜੈ ਸ਼ਨੀ ਦੇਵ ਮੰਦਰ ਸੀ ਸ਼ਨੀਵਾਰ ਆਉਂਦੇ ਹਾਂ ਇੱਥੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ। ਵੈਸੇ ਮੈਂ ਸ਼ਨੀ ਦੇਵ ਦਾ ਮੰਦਰ ਜਿਹੜਾ ਸ਼ਨੀ ਦੇਵ ਦੀ ਮੂਰਤੀ ਹੈ ਲੁਧਿਆਣੇ ਸਭ ਤੋਂ ਵੱਡੀ ਔਰ ਅੱਛੀ ਉਹ ਬਹੁਤ ਵਧੀਆ ਪਵਿੱਤਰ ਸਥਾਨ ਹੈ ਜਿੱਥੇ ਸਭ ਦੀ ਮਨੋਕਾਮਨਾ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ। ਮੈਂ ਵੀ ਇੱਥੇ ਆ ਕੇ ਆਸ ਪੂਰੀ ਕਰਾਉਂਦਾ ਵਾਂ ਸ਼ਨੀ ਦੇਵ ਮੇਰੇ 'ਤੇ ਵੀ ਕਿਰਪਾ ਕਰਦੇ ਨੇ। ਮੈਂ 1 ਸਾਲ ਤੋਂ ਲਗਾਤਾਰ ਮੱਸਿਆ 'ਤੇ ਆਉਂਦਾ ਵਾਂ, ਮੱਸਿਆ ਵਾਲੇ ਦਿਨ ਸ਼ਨੀਵਾਰ ਮੈਂ ਤਾਂ ਮੱਥਾ ਟੇਕ ਕੇ ਜਾਂਦਾ ਵਾਂ, ਉਹ ਮੇਰੀ ਹਰ ਆਸ ਪੂਰੀ ਕਰਦੇ ਨੇ। ਜੈ ਸ਼ਨੀ ਦੇਵ। ਸੰਗਤਾਂ ਨੂੰ ਸ਼ਨੀ ਦੇਵ 'ਚ ਆ ਕੇ ਆਸ਼ੀਰਵਾਦ ਲੈਣ ਚਾਹੀਦੇ ਸਾਰਿਆਂ ਨੂੰ, ਰਲ ਮਿਲ ਕੇ ਸ਼ਨੀ ਦਾ ਜਿਹੜਾ ਮੰਦਰ ਇਹ ਬਣ ਰਿਹਾ ਬਹੁਤ ਮਹਾਨ ਮੰਦਰ ਬਣ ਰਿਹਾ, ਸਾਰਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਤਾਂ ਕਿ ਮੰਦਰ ਜਿਹੜਾ ਬਹੁਤ ਖੂਬਸੂਰਤ ਵਧੀਆ ਮੰਦਰ 'ਚ ਬਣਿਆ ਤਾਂ ਕਿ ਸ਼ਨੀ ਦਾ ਨਾਂ ਸ਼ਨੀ ਦਾ ਪ੍ਰਤਾਪ ਤੁਹਾਨੂੰ ਪਤਾ ਵੀ ਸਾਰਿਆਂ 'ਤੇ ਜਿਹੜਾ ਸਾਡੇ ਚਾਹੀ ਦੇ ਸ਼ਨੀ ਦੇਵ ਜਿਹੜੇ ਇਨਸਾਫ ਦੇ ਰਾਜੇ ਨੇ, ਸ਼ਨੀ ਦੇਵ 'ਤੇ ਸਭ 'ਤੇ ਕਿਰਪਾ ਕਰਦੇ ਨੇ, ਸਭ ਦੀ ਮਨੋਕਾਮਨਾ ਭਾਵਨਾ ਪੂਰੀਆਂ ਕਰਦੇ, ਜੋ ਵੀ ਸੱਚੀ ਭਾਵਨਾ ਕਾਮਨਾ ਲੈ ਕੇ ਆਉਂਦਾ ਕਾਮਨਾ ਪੂਰੀ ਕਰਦੇ। ਲੁਧਿਆਣਾ ਤੋਂ ਰਕੇਸ਼ ਗਰਗ ਦੀ ਰਿਪੋਰਟ, ਚੈਨਲ 2।